ਜੋ ਦਾਨੀ ਸੱਜਣ, ਜੋ ਵੀਰ ਭੈਣ, ਜੋ ਲਗਾਤਾਰ ਸੇਵਾ 'ਚ ਸਹਿਯੋਗ ਕਰਦੇ ਹੈ, ਉਹਨਾਂ ਲਈ ਕੁਛ ਕਹਿਣਾ ਚਾਹੋਗੇ? ਉਹਨਾਂ ਲਈ ਉਹਨਾਂ ਦਾ ਧੰਨਵਾਦ ਇਹ ਹੈ ਜੀ ਵੀ ਉਹਨਾਂ ਨੇ ਤੁਹਾਨੂੰ ਬਹੁਤ ਵੱਡਾ ਮੁੰਡੇ ਨਾਲ ਮੁੰਡਾ ਲਾਇਆ, ਸਹਾਰਾ ਦਿੱਤਿਆ। ਜੀ ਚਲੋ ਸਭ ਤੋਂ ਪਹਿਲਾਂ ਤੁਹਾਡਾ ਧੰਨ ਜਿਗਰਾ, ਜਿਹੜੇ ਤੁਸੀਂ ਆਪਣਾ ਕਾਰੋਬਾਰ ਛੱਡ ਕੇ ਸਾਡੇ ਵਰਗੇ ਬੇਸਹਾਰਾ ਲੋਕਾਂ ਦਾ ਸਹਾਰਾ ਬਣ ਰਹੇ, ਹਾਂ ਸਹਾਰਾ ਬਣ ਕੇ ਤੁਸੀਂ ਸਾਡਾ ਇਲਾਜ ਕਰ ਰਹੇ, ਤੇ ਅੱਗੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਸ਼ੁਕਰੀਆ, ਬਹੁਤ ਹਾਂ ਜ਼ਿਆਦਾ ਧੰਨਵਾਦ ਹੈ ਜਿਹੜੇ ਵੀਰਾਂ ਨੇ ਮਤਲਬ ਸਹਾਰਾ ਲਾ ਕੇ ਇੱਥੇ ਤੱਕ ਨੌਬਤ ਪਜਾਈ ਹੈ, ਸਾਨੂੰ ਮਤਲਬ ਸਾਰਿਆਂ ਨੂੰ ਟ੍ਰੀਟਮੈਂਟ ਦਿੱਤਿਆ, ਜਿਹੜੇ ਬੇਸਹਾਰਾ ਲੋਕ ਵੀ ਹੈਗੇ ਉਹਨਾਂ ਦਾ ਵੀ ਮਤਲਬ ਸਹਾਰਾ ਬਣੇ ਨੇ, ਬਹੁਤ ਜ਼ਿਆਦਾ ਧੰਨਵਾਦ ਹੈ ਜੀ, ਬਹੁਤ ਜ਼ਿਆਦਾ ਦਾਨੀ ਸੱਜਣਾਂ ਦਾ। ਤੇ ਜਿਹੜੀ ਸੰਗਤ ਹੋਰ ਵੀਡੀਓ ਦੇਖ ਰਹੀ ਉਹਨਾਂ ਦਾ ਵੀ ਧੰਨਵਾਦ ਹੈ, ਉਹਨਾਂ ਨੂੰ ਮੈਂ ਵਾਰ ਵਾਰ ਇਹੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਰਹੋ, ਵੱਧ ਤੋਂ ਵੱਧ ਕਿਸੇ ਨਾ ਕਿਸੇ ਦੇ ਕੰਮ ਆਊਗੀ ਵੀਡੀਓ। ਜਿਹੜੀਆਂ ਛੋਟੀਆਂ ਭੈਣਾਂ ਲਗਾਤਾਰ ਸੇਵਾ 'ਚ ਸਹਿਯੋਗ ਕਰਦੀਆਂ, ਜਿਹੜੀ ਕਿਵੇਂ ਡਾਂਟਦੀਆਂ ਵੀ ਤੁਹਾਨੂੰ? ਨਾ ਜੀ ਨਾ, ਬਿਲਕੁਲ ਨਹੀਂ ਡਾਂਟਦੀਆਂ। ਹਾਂ ਜੋ ਰੂਲ ਨਿਯਮ ਹੈ ਅਗਰ ਉਸ ਤੋਂ ਅਸੀਂ ਉਹਨੂੰ ਫੋਲੋ ਨਾ ਕਰੀਏ ਫਿਰ ਤਾਂ ਸਾਨੂੰ ਡਾਂਟਣਾ ਜੀ, ਉਹ ਤਾਂ ਚਾਹੇ ਸਾਡਾ ਆਪਣਾ ਹੋਵੇ ਕੋਈ ਮਾਤਾ ਪਿਤਾ, ਉਹਨਾਂ ਨੇ ਵੀ ਡਾਂਟਣਾ, ਪਰ ਲੇਕਿਨ ਇਹਨਾਂ ਦਾ ਵੀ ਅਸੀਂ ਦੇਣ ਨਹੀਂ ਦੇ ਸਕਦੇ, ਲੇਖਾ ਨਹੀਂ ਦੇ ਸਕਦੇ ਜੀ। ਤੇ ਜਿਹੜੀ ਹੋਰ ਵੀ ਬੀਬੀਆਂ ਭੈਣਾਂ ਸੇਵਾ ਕਰ ਰਹੀਆਂ ਮਾਤਾਵਾਂ, ਉਹਨਾਂ ਦਾ ਵੀ ਆਪਾਂ ਦੇਣ ਨਹੀਂ ਦੇ ਸਕਦੇ, ਸਾਡੇ ਮਤਲਬ ਘਰਦਿਆਂ ਨੇ ਸਾਡੇ ਆਪਣਿਆਂ ਨੇ ਸਾਡਾ ਹੱਥ ਨਹੀਂ ਫੜਿਆ ਜਿਹੜਾ ਕਿ ਇਹਨਾਂ ਨੇ ਉਰੇ ਆ ਕੇ ਸਾਡਾ ਹੱਥ ਫੜਿਆ, ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜੀ। ਤੇ ਮੈਂ ਕਹੂੰਗਾ ਬੈੱਡ ਸੋਲ ਦੇ ਬਾਰੇ ਵੀਰ ਜੀ ਦੁਬਾਰਾ, ਵੀ ਪੂਰੇ ਹਿੰਦੁਸਤਾਨ ਦੇ ਵਿੱਚ ਇਲਾਜ ਨਹੀਂ ਹੈਗਾ, ਮੈਂ ਘਰ ਪੇ ਨੇ ਫੋਨ ਤੇ ਪੂਰਾ ਸਾਰਾ ਕੁਝ ਕੱਢ ਕੇ ਦੇਖ ਲਿਆ ਵੀ ਕਿਤੇ ਬੈੱਡ ਸੋਲ ਦਾ ਇਲਾਜ ਹੋਊਗਾ, ਪ੍ਰਾਈਵੇਟ ਹਸਪੀਟਲ, ਸਿਵਲ ਹਸਪੀਟਲ ਇਹ ਸਾਨੂੰ ਐਡਮਿਟ ਨਹੀਂ ਕਰਦੇ ਬੈੱਡ ਸੋਲ ਦੇ ਬਾਰੇ, ਇਹੀ ਕਹੂੰਗੇ ਆਪਣੀ ਪੱਟੀ ਕਰਾਓ ਤੇ ਘਰ ਜਾਓ, ਕੱਲ ਨੂੰ ਫੇਰ ਆ ਜਾਓ, ਚਾਹੇ ਜਿੰਨੇ ਮਰਜ਼ੀ ਪੈਸੇ ਖਰਚੀ ਜਿੰਨੇ ਮਰਜ਼ੀ ਪੈਸੇ ਖਰਚੋ। ਖਰਚੇ ਜੀ ਮੈਂ, ਮੇਰਾ 1.5 ਲੱਖ ਰੁਪਏ ਲੱਗਿਆ ਸਿਰਫ ਬੈੱਡ ਸੋਲ ਦੇ ਇੱਕ ਜ਼ਖਮ ਦੇ ਬਾਰੇ। ਅੱਛਾ। 5 ਮਹੀਨੇ 23 ਦਿਨ ਲਗਾਤਾਰ ਪੱਟੀ ਕਰਵਾਈ ਨਾਲਾਗੜ ਆਕਾਸ਼ ਹਸਪੀਟਲ, ਅੱਛਾ, ਘੁੰਮਦੇ ਰਹੇ ਆ, ਕੋਈ ਨੋਲੇਜ ਨਹੀਂ, ਕੋਈ ਜਾਣਕਾਰੀ ਨਹੀਂ, ਬਸ ਪਰਚੀ ਕਟਾਓ, ਪੈਸੇ ਦਿਓ, ਪੱਟੀ ਕਰਾਓ, ਹਰ ਪਾਸੇ ਇਹੀ ਹਾਲ ਹੈ, ਮੁੜ ਜੋ ਕਾਨੂੰ ਹਰ ਪਾਸੇ ਇਹੀ ਹਾਲ, ਜਿੰਨੇ ਪੇਸ਼ੈਂਟ ਉੱਥੇ ਮਿਲ ਰਹੇ ਹੋ ਸਾਰਿਆਂ ਦੀ ਇਹੀ ਕਹਾਣੀ ਹੈ, ਸਾਰਿਆਂ ਦੀ ਇਹੀ ਕਹਾਣੀ ਹੈ। ਹਰ ਕੋਈ, ਮੈਂ ਤਾਂ ਹੈਰਾਨ ਹੋ ਗਿਆ ਸੁਣ ਕੇ, ਬੰਦੇ ਕਹਿੰਦੇ ਸੀ 50-50 ਲੱਖ ਰੁਪਏ ਲਾਤੇ ਆ, ਪਰ ਆਪਣੇ ਪੈਰਾਂ ਤੇ ਖੜੇ ਨਹੀਂ ਹੋਏ, ਕਈ ਤਾਂ ਐਸੀ ਆ ਜਿਹੜੇ ਵੀਲਚੇਅਰ ਤੱਕ ਵੀ ਨਹੀਂ ਬੈਠੇ, ਇੰਨਾ ਜ਼ਿਆਦਾ ਉਹ ਕਰਿਆ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਜੀ ਧੰਨਵਾਦ ਹੈ ਜੀ, ਸਾਰੀ ਸੰਗਤ ਦਾ ਧੰਨਵਾਦ।